ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ। ਅੱਜ ਆਪਣੇ ਨਾਲ ਭਲਵਾਨ ਫਰੰਦੀਪੁਰੀਆ ਢਾਡੀ ਪੁਰ ਜ਼ੋਰ ਮੰਗ ਅਤੇ ਭਲਵਾਨ ਜਿੰਨੇ ਵੀ ਉਸਤਾਦ ਮੇਰੇ ਨਾਲ ਨਾ ਜ਼ਿਆਦਾ ਬੰਦੇ ਆਪਣੇ ਵੀ ਦੋਵਾਂ ਦੇ ਜਾਣਕਾਰ ਹੀ ਐਡ ਆ, ਮਤਲਬ ਜਿਹੜੇ ਤੇਰੇ ਹੋਣਗੇ ਥੱਲੇ, ਮਤਲਬ ਕਿ ਜਿਹੜੇ ਤੇਰੇ ਫੋਲੋਅਰ ਆ ਵੀ ਤੈਨੂੰ ਫੋਲੋ ਕਰਦੇ ਆ ਉਹੋ ਹੀ ਆ ਜ਼ਿਆਦਾ ਮੇਰੇ। ਬੜਾ ਉਹਨਾਂ ਦੀ ਡਿਮਾਂਡ ਸੀਗੀ ਭਲਵਾਨ ਨੂੰ ਨਾਲ ਕਿਤੇ, ਹਾਂ ਇੱਕ ਤੇਰੀ ਆਉਂਦੀ ਆ, ਇੱਕ ਡੀ ਟੀ ਓ ਦੀ, ਅਤੇ ਹੋਰ ਤਾਂ ਨਹੀਂ ਜ਼ਿਆਦਾ, ਬਾਕੀ ਤਾਂ ਪਲੇਅਰ ਦੂਜੇ ਜਾਂ ਪੁਰਾਣੇ ਆ ਫਟ ਉੱਡ ਗਏ ਆ। ਇਹਦੇ 'ਚ ਨਾ ਲੋਕਾਂ ਨੂੰ ਨਾ ਪਹਿਲਾਂ ਕੀ ਚੱਕਰ ਹੁੰਦਾ ਜਿੱਦਾਂ ਆਪਾਂ ਕਿਹੜੇ ਇਹਨਾਂ ਕੰਮਾਂ 'ਚ ਅੱਜ ਯੂਟਿਊਬ ਤਾਂ ਆਪਾਂ ਦੂਰ ਹੀ ਰਹਿੰਦੇ ਹਾਂ ਸਾਰੇ, ਨੇਚਰ ਵਾਈਜ ਬੜਾ ਪਤਾ ਲੱਗਦਾ। ਗਰਮੀਆਂ ਨਾ ਗਰਮੀਆਂ ਕਰਕੇ ਬਾਹਰ ਬੂਤ ਘੱਟ ਹੀ ਨਿਕਲਦਾ, ਸਵੇਰੇ ਜਿਮ ਜੁਮ ਜਾ ਆਉਂਦਾ ਮੇਰੀ ਗੱਲ ਸਾਲਾ, ਅੰਬੇ ਵਾਂਗੂ ਆਂਡੇ ਖਾਈਦੇ ਆ, ਘਿਓ ਦੁੱਧ ਬੱਕਰਾ ਸਭ ਚੱਲਣ ਡਿਆ ਹੁਣ, ਤੈਨੂੰ ਪਤਾ ਵੀ ਹੁਣ ਤੇ ਕਸਮਾਂ ਕੋਈ ਛੱਡਣੀਆਂ ਹੀ ਨਹੀਂ ਤੇ ਨਹੀਂ ਚਾਹੀਦਾ ਚਾਹੀਦਾ, ਨਾਲੇ ਸੀਜ਼ਨ ਬੜਾ ਵੱਡਾ ਪਊ ਕੈਨੇਡਾ ਦਾ। ਹਾਂ ਨਹੀਂ ਇਹ ਤਾਂ ਕਿਹੜੀ ਫੈਡਰੇਸ਼ਨ 'ਚ ਆ ਤੂੰ? ਮੈਂ ਕੀ ਫਿਰ ਇੱਕ ਸਾਲ ਗਿਆ ਜਿਹ 'ਚ ਪਹਿਲੋਂ ਨਹੀਂ ਜਾਂਦੇ ਰਹੇ ਜਿੱਦਾਂ ਪਲੇਅਰ, ਜਿਹ 'ਚ ਆਪਾਂ ਪਹਿਲੋਂ ਨਹੀਂ ਗਏ ਜਿਹੜੀ ਜਿੱਦਾਂ ਮੇਨ ਆ ਫੈਡਰੇਸ਼ਨ ਉੱਥੇ ਪੁਰਾਣੀ ਉਹਦੇ ਵਿੱਚ ਹੀ ਖੇਡਣਾ ਵਾ, ਅੱਜ ਚਾਹ ਸਾਰੇ ਖੇਡਦੇ ਜਾਂਦੇ ਹੋਣੀ ਸ਼ਿਲੂ ਸ਼ਾਲੂ ਹੋਣੀ। ਅੱਛਾ ਅੱਛਾ, ਜਿਹੜੀ ਪਹਿਲੀ ਆ? ਹਾਂ ਹਾਂ ਜੀ, ਦਵੱਲੇ ਦੋਵੇਂ ਪਾਸੇ ਉਹਨਾਂ 'ਚ ਹੀ ਆ। ਗੁਰਪ੍ਰੀਤ ਬੁਰਜ, ਰਾਜੂ ਕੋਟਲਾ ਭਰੀ, ਹਾਂ ਵਧੀਆ ਟੀਮ ਹੈ। ਜੱਗੂ ਹਕਮਵਾਲੀਆ, ਕੁਲਬੀਰ ਚਟਾਣਾ, ਮਣੀ ਮੱਲੀਆਂ, ਤੇ ਉੱਥੇ ਮੇਰੇ ਖਿਆਲ 19 ਨੂੰ ਮੈਂ ਮੈਚ ਪਹਿਲਾਂ ਆਇਆ। ਕਿੰਨੇ ਸਾਲ ਖੇਡਿਆ ਫਿਰ ਕੈਨੇਡਾ? ਬੈਨ ਲੱਗ ਗਿਆ, ਬੈਨ ਵੀਜ਼ਾ ਲੱਗਾ ਨੀ ਪਿਛਲੇ ਸਾਲ? ਨਹੀਂ ਮੇਰਾ 25 ਹੋਣਾ ਕਲੀਅਰ ਕੰਮ। ਅੱਛਾ ਕਾਕੇ ਨੂੰ ਕਰਨਾ ਹੀ ਠੀਕ, ਅਪਾਇੰਟਮੈਂਟ ਜੀ ਮਿਲੀ ਆ ਲੈ ਕੇ ਜਾਣਾ ਚੰਡੀਗੜ੍ਹ, ਉਹਨੂੰ ਠੀਕ ਕਰ ਲਈਏ ਤੇ ਜਾਵਾਂਗੇ ਕੈਨੇਡਾ, ਜਾਵਾਂਗੇ ਫਿਰ ਅਗਲੇ ਸਾਲ ਚੱਲ ਜਾਵਾਂਗੇ। ਜੀ ਦਾ ਇੱਦਾਂ ਵਾ ਵੀ ਹੁਣ ਮੈਂ ਵੀ ਚੱਲ ਜਾਣਾ 4-5 ਦਿਨਾਂ ਨੂੰ, ਤੇ ਮੈਂ ਟੈਂਪੂ ਵੇਖਣ ਡਿਆ, ਟੈਂਪੂ 'ਚ ਕਿੰਨੀਆਂ ਸਵਾਰੀਆਂ ਸੀ, ਅਤੇ ਮੈਂ ਵੀ ਉੱਥੇ ਆ ਚੀਜ਼ਾਂ ਨਹੀਂ ਲਾ ਲਈਆਂ ਲੋਦੀਆਂ, ਟੈਂਪੂ ਤੋਂ ਤਾਂ ਉੱਥੋਂ ਹੀ ਲਾਏ ਨਿਕਲੀ, ਅਤੇ ਹੁਣ ਜਿੱਦਾਂ ਜਾਣਾ ਤਾਂ ਬੰਦੇ ਨੂੰ ਹੋਰ ਤਰ੍ਹਾਂ ਹੁੰਦਾ ਹੈ, ਇੱਥੇ ਨਾਲ ਦੇ ਨਾਂਦਾ ਨਹੀਂ
ਉਦਾਂ ਆਉਂਦਾ ਬੰਦੇ ਨੂੰ ਵੀ ਚੱਲੀਏ ਆਪਾਂ, ਮਤਲਬ ਓਦਾਂ ਨਾ ਜਾਣਾ ਵੀ ਚਾਹੀਦਾ, ਘਰੋਂ ਬਾਹਰ ਵੀ 3-4 ਮਹੀਨੇ ਲਾ ਕੇ ਆਉਣੇ ਚਾਹੀਦੇ, ਬੰਦੇ ਦਾ ਨਾ ਮਾਇੰਡ ਹੈ ਨਾ ਜਿਹੜਾ ਫਰੈਸ਼ ਹੋ ਜਾਂਦਾ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਨਾ, ਪੌਣ ਪਾਣੀ ਬਦਲਦਾ ਆਪਣਾ, ਬੰਦੇ ਦਾ ਨੇਚਰ ਵਾਈਜ਼ ਵੀ ਸੁਭਾਅ 'ਚ ਵੀ ਫਰਕ ਆਉਂਦਾ। ਜਿਉਂ ਜਿਉਂ ਆਪਾਂ ਬਾਹਰ ਅੰਦਰ ਜਾਵਾਂਗੇ ਨਾ ਅਤੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਾਂਗੇ, ਸੁਣਨ ਨੂੰ ਮਿਲੂਗਾ ਐਕਸਰਸਾਈਜ਼, ਜਾਂ ਆਪਾਂ ਕਿਸੇ ਦੀ ਸੁਣਾਂਗੇ ਨਾ, ਕਿ ਬੰਦਾ ਆਪਣੇ 'ਤੇ ਲਿਆ ਕੇ ਰੱਖਦਾ ਅਤੇ ਮੁੜ ਕੇ ਚੰਗਾ ਸਿੱਖਣ ਲਈ ਮਿਲਦਾ ਕੁਝ। ਅਤੇ ਜੇ ਆਪਾਂ ਇਕੱਲੇ, ਤੈਨੂੰ ਪਤਾ, ਬੈਠੇ ਰਹਾਂਗੇ, ਇਕੱਲੇ ਕਰੀ ਜਾਵਾਂਗੇ, ਸਿੱਖਣ ਲਈ ਨਹੀਂ ਕੁਝ ਮਿਲਣਾ। ਜਿੰਨਾ ਆਪਾਂ ਵਿਚਰਾਂਗੇ ਲੋਕਾਂ 'ਚ, ਓਨੀ ਨੌਲੇਜ ਵੱਧਦੀ ਆ ਬੰਦੇ ਦੀ। ਹੁਣ ਵੱਖਰੇ ਵੱਖਰੇ ਪਲੇਅਰਾਂ ਨਾਲ ਮਿਲੇ, ਹੁਣ ਜਿੱਦਾਂ ਅਸੀਂ ਮੰਗੀ ਨਾਲ ਮਿਲਦੇ ਹੁੰਦੇ, ਪਹਿਲਾਂ ਮੈਂ ਮੰਗੀ ਨਾਲ ਖੇਡਿਆ, ਉਹਦੀ ਥਿੰਕਿੰਗ ਹੋਰ ਆ, ਉਹ ਅਜੇ ਤੱਕ ਵੇਲਾ ਤਾਂ ਹੀ ਉਹ ਲੰਮਾ ਖੇਡੀ ਜਾਂਦਾ। ਹਾਂਜੀ, ਲੰਮਾ ਖੇਡਣ ਲਈ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਫੈਨ ਹੀ ਉਹ ਮਾਨਾ ਲੁਧਿਆਣੀਆਂ ਜੱਟ ਨਹੀਂ ਜਿਹੜਾ। ਅੱਛਾ, ਉਹ ਵੇਖਦਾ ਸਿਕਸ ਪੈਕ, ਵੇਖਿਓ ਸਿਕਸ ਪੈਕ, ਉਹਦੀ ਏਜ ਕਿੰਨੀ ਭਲਾ ਪਤਾ ਹੀ ਤੈਨੂੰ, ਉਹ 47 ਸਾਲਾਂ ਦਾ ਹੀ। ਭਲਵਾਨ ਜੀ, ਮੈਂ ਤੈਨੂੰ ਗੱਲ ਦੱਸਾਂ, ਮੈਂ ਉਹਦਾ ਬਾਇਓਡਾਟਾ ਸਾਰਾ ਕਢਾਇਆ, ਮੇਰੇ ਨਾਲ ਮੁੰਡਾ ਕਰਦਾ ਪਾਕਿਸਤਾਨ ਦਾ ਗੱਲ, ਮੈਂ ਉਹਨੂੰ ਪੁੱਛਿਆ ਵੀ ਜਵਾਨਾ ਯਾਰ ਵੀ ਦੂਜਾ ਮਰਾ ਲੁਧਿਆਣੀ ਆ ਜੱਟ ਦੀ, ਉਹਦੀ ਏਜ ਕਿੰਨੀ ਆ? ਉਹਨੇ 47 ਲਿਖਿਆ, ਕਹਿੰਦਾ 47 ਹੋ ਸਕੇ, ਸਾਲ ਖੰਡ ਵੱਧ ਵੀ ਹੋਵੇ। ਤੇ ਮੈਂ ਕਿਹਾ ਕਿੱਦਾਂ? ਕਹਿੰਦਾ ਭਲਵਾਨ ਜੀ 20 ਸਾਲ ਇਹਨੇ ਨੌਕਰੀ BSF ਦੀ ਨੌਕਰੀ ਵੀ ਪੂਰੀ ਕਰ ਲਈ ਤੇ ਰਿਟਾਇਰਮੈਂਟ ਹੋ ਗਿਆ। ਕਹਿੰਦਾ 21 'ਚ ਰਿਟਾਇਰਮੈਂਟ ਹੋਇਆ, ਤੇ ਮੰਨ ਕੇ ਚੱਲੋ ਕਿ ਉਹਦੇ 'ਚ ਕਹਿੰਦਾ ਵੀ 5 ਸਾਲ ਦਾ ਐਕਸਪੀਰੀਅੰਸ ਮੰਗਦੇ ਆ ਪਹਿਲੋਂ ਪੁਲਿਸ ਜਦੋਂ ਕਰਦੇ ਆ, 5 ਸਾਲ ਕਹਿੰਦੇ ਵੀ ਪਹਿਲੋਂ ਵਧੀਆ ਹੋਊਗਾ ਤੇ ਇੰਟਰਨੈਸ਼ਨਲ ਪਲੇਅਰ ਹੋਊਗਾ, ਤੇ ਫਿਰ ਉਹਨੂੰ ਪਹਿਲੋਂ ਰੱਖਿਆ। ਫਿਰ ਉਹ ਕਹਿੰਦਾ ਜਿੰਨਾ ਚਿਰ ਸਾਡਾ ਕੋਚ ਰਿਹਾ ਸਾਡੀ ਟੀਮ ਨਹੀਂ ਹਾਰਦੀ ਰਹੀ, ਤੇ ਇੰਨਾ ਜ਼ਿਆਦਾ ਮਿਹਨਤੀ ਆ ਕਹਿੰਦੇ, ਬਹੁਤ ਜ਼ਿਆਦਾ। ਮੈਂ ਉਹਦੇ ਨਾਲ ਗੱਲ ਕੀਤੀ ਤਾਂ ਜੇ ਪ੍ਰੋਪਰ ਸਾਡੀ ਗੱਲ ਹੋਈ ਨਹੀਂ, ਮੈਂ ਭਲਵਾਨ ਜੀ ਮੈਂ ਤੁਹਾਡਾ ਫੈਨ, ਜੋ ਉਹਦਾ ਮੈਂ ਫੈਨ ਹੈ ਤੇ ਜੰਜੂਏ ਦਾ ਨਹੀਂ, ਉਹਦਾ ਮੈਂ ਵੇਖਿਆ ਵੀ ਪਹਿਲੋਂ ਜਦੋਂ ਖਰੇ ਵਰਲਡ ਕੱਪ 'ਚ ਵੇਖਿਆ ਉਹ ਢਿੱਡ ਢੁੱਡ ਉਹਦਾ ਹੁੰਦਾ ਸੀ ਮਾਸਾ, ਹੁਣ ਤਿਆਰ ਕੇ ਤੋਂ 6 ਪੈ ਕੱਢ ਕੇ ਤੁਰਿਆ ਫਿਰੇ। ਉਹ ਯਾਰ ਗੱਲ, ਮੈਂ ਉਹਨਾਂ ਨਾਲ ਗੱਲ ਘੁਮਾ ਕੇ ਲਿਆਉਣਾ ਸਟੀਰੋਇਡ 'ਤੇ। ਅਸਲ 'ਚ ਸਟੀਰੋਇਡ ਕੀ ਹੈ? ਸਟੀਰੋਇਡ ਦਾ ਪਤਾ ਹੀ ਨਹੀਂ ਕਿਹਾ, ਮਤਲਬ ਬੱਚੇ ਲਾਈ ਜਾਂਦੇ ਜੰਗ ਏਜ 'ਚ, ਜੰਗ ਏਜ ਦੇ ਵਿੱਚ ਖੇਡੋ ਪਹਿਲੋਂ ਪਾਵਰ ਦੇ ਨਾਲ। ਗਲਤੀਆਂ ਅਸੀਂ ਵੀ ਕੀਤੀਆਂ, ਇਹ ਨਹੀਂ ਕਿ ਅਸੀਂ ਨਹੀਂ ਕੀਤੀਆਂ, ਹਰ ਕੋਈ ਜਵਾਨੀ ਦੇ ਵਿੱਚ ਗਲਤੀਆਂ ਕਰਦਾ, ਮੁੜ ਕੇ ਜਦੋਂ ਏਜ ਹੁੰਦੀ ਤੇ ਮੁੜ ਕੇ ਉਹ ਗਲਤੀਆਂ ਦੇ ਪਛਤਾਉਂਦਾ। ਹੁਣ ਮੰਨ ਕੇ ਚੱਲ, ਇਹ ਜਿਹੜੀ ਕਬੱਡੀ ਹੈ ਨਾ, ਕਬੱਡੀ ਲੋਕੀ ਏਦਾਂ ਹੀ ਗਿਣਦੇ ਆ ਵੀ ਏਦਾਂ ਹੀ ਆ, ਏਦਾਂ ਲੈ ਕੇ ਇਹਨਾਂ ਨੂੰ ਚੱਲੋ। ਗੇਮ ਨੂੰ ਗੇਮ ਤੌਰ 'ਤੇ ਉਸਤਾਦ ਪੂਰਾ ਤਕੜਾ ਵਧੀਆ ਹੋਵੇ, ਘਰੋਂ ਸਪੋਰਟ ਹੋਵੇ, 6 ਸਾਲ ਮਿਹਨਤ ਕਰ ਲਾ ਨੈਚੁਰਲੀ ਪਹਿਲੋਂ, ਸਹਾਰਾ ਦੇ ਸਰੀਰ ਨੂੰ ਸਟੀਰੋਇਡ ਦਾ। ਇੱਥੇ ਬੰਦੇ ਨਰਵਲ ਹੋ ਜਾਂਦੇ ਉਹਨਾਂ ਚੀਜ਼ਾਂ 'ਤੇ, ਅਤੇ ਲੰਮੀ ਕਿੱਥੇ ਖੇਡ ਲਊ ਕਬੱਡੀ? ਸਹਾਰਾ ਨਹੀਂ ਨਾ, ਉਹ ਤਾਂ ਫਿਰ ਸਾਰਾ ਹੀ ਕੰਮ ਹੀ ਉੱਤੇ ਸੁੱਟ ਦਿੰਦੇ। ਮੇਰੀ ਮੁੰਡੇ ਨਾਲ ਗੱਲ ਹੋਈ, ਉਹ ਕਹਿੰਦਾ ਭਲਵਾਨ ਜੀ ਪਾਕਿਸਤਾਨ ਨਾਲ, ਕਹਿੰਦਾ ਵੀ ਸਾਡੇ ਬੰਦੇ ਕਰਦੇ ਆ 30% ਸਟੀਰੋਇਡ, ਕਹਿੰਦਾ ਤੁਸੀਂ ਕਰਦੇ ਜੇ 150% ਸਟੀਰੋਇਡ। ਹਾਂ, ਉਦਾਂ ਉਹਨਾਂ ਦੀ ਨਾ ਡਾਇਟ ਥੋੜ੍ਹੀ ਜਿਹੀ, ਉਹਨਾਂ ਦੀ ਡਾਇਟ ਵਧੀਆ ਵਾ। ਨਹੀਂ ਯਾਰ, ਹੁਣ ਤੂੰ ਮੇਰੀ ਗੱਲ ਸੁਣੀ ਜਾਈ, ਲੰਮੇ ਪਲੇਅਰ ਤੂੰ ਜਿਹੜਾ ਲੰਮਾ ਖੇਡੂਗਾ ਉਹਦਾ ਉਹਦਾ ਸਮੇਂ ਨੇ ਦੱਸ ਦੇਣਾ ਵੀ ਇਹ ਪਲੇਅਰ ਕਿੱਦਾਂ ਲੰਮਾ ਉਹ ਖੇਡਦਾ ਵਾ ਜਿਹੜਾ ਬਹੁਤ ਘੱਟ ਵਰਤਿਆ ਜਾਂ ਮਤਲਬ ਕਿ ਥੋੜ੍ਹਾ ਬਚਿਆ ਰਿਹਾ ਕੰਮ ਤੋਂ। ਹੁਣ ਤਾਂ ਇਹੋ ਤਾਂ ਗੱਲ ਆ ਫਿਰ, ਤਾਂ ਤੈਨੂੰ ਪਤਾ ਹੀ ਆ ਤੈਨੂੰ। ਬਾਕੀ ਚਲੋ ਚੱਲੀ ਜਾਣਾ, ਬਾਕੀ ਮੈਂ ਤਾਂ ਮੈਂ ਜੋ ਆਪਣੇ ਸਰੀਰ 'ਤੇ ਹੰਢਾਇਆ ਸਾਰਾ ਕੁਝ ਹੰਢਾਇਆ ਨਾ ਜਿੱਦਾਂ ਮਰਜ਼ੀ, ਪਰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੇ ਤਾਂ ਪਲੇਅਰ ਬਣਾਉਣਾ ਨਾ ਕਿਸੇ ਨੂੰ, 5 ਸਾਲ ਉੱਤੇ ਠੋਕ ਕੇ ਲਾਏ ਹੁਣ ਪੂਰਾ ਤਸੱਲੀ ਨਾਲ, ਖੁਰਾਕ ਖਰੂਕ ਸਾਰਾ ਕੁਝ ਸੁੱਟਿਆ ਵੇ ਉਹਨੂੰ, ਅਤੇ ਮੁੜ ਕੇ ਕਹੇ ਪੁੱਤ ਬਾ ਖੇਡ ਨੈਚੁਰਲੀ ਖੇਡ। ਕਿਹੜਾ ਬੰਦਾ ਕਹਿੰਦਾ ਨੈਚੁਰਲੀ ਨਹੀਂ ਖੇਡ ਸਕਦਾ? ਲਿਆ ਇੱਧਰ ਖੇਡ ਸਕਦਾ, ਸਾਰਾ ਕੁਝ ਕਰ ਸਕਦਾ। ਭਗਵਾਨ ਜੀ ਓਨਾ ਆਪਾਂ ਕਰਦੇ ਨਹੀਂ ਆ ਜਿੰਨੀ ਇਹ ਚੀਜ਼ ਮੰਗਦੀ ਆ, ਜਿੰਨੀ ਮਿਹਨਤ ਮੰਗਦੀ ਓਨੀ ਹੁੰਦੀ ਨਹੀਂ। ਖਸਮ ਚਾਹੀਦਾ ਇਹਦੇ ਪਿੱਛੇ, ਖਸਮ ਚਾਹੀਦਾ ਪੂਰਾ। ਸਿਆਣੇ ਸਿਆਣੇ ਪਲੇਅਰ ਕਹਿੰਦੇ ਹੁੰਦੇ ਸੀ, ਜੇ ਮੰਨ ਕੇ ਚੱਲੋ ਵੀ ਆਪਾਂ
ਮਿਹਨਤ ਡੰਡੇ ਨਾਲ ਲਾਉਣੇ ਅਤੇ ਖੁਰਾਕ ਵੀ ਡੰਡੇ ਨਾਲ ਖਾਣੀ ਪੈਣੀ, ਦੁੱਧ ਵੀ 3-4 ਲੀਟਰ ਪਿਉਂਦੇ ਵੀ ਚੀਕ ਲਾ ਕੇ ਪੀਣਾ ਹੀ ਰੱਖਣਾ ਉਦੋਂ ਹੀ ਜਦੋਂ ਬਾਲਟੀ ਪੀ ਗਿਆ ਏਦਾਂ। ਮੈਂ ਮੰਨਾ ਕਹਿੰਦੇ ਹੁੰਦੇ ਲਾਲਪੁਰੀਆ ਰਹਿੰਦਾ ਹੁੰਦਾ ਸੀ ਉੱਥੇ ਕਰਿਆਲੇ, ਅਤੇ ਕਹਿੰਦੇ ਵੀ ਲੱਸੀ ਦੀ ਬਾਲਟੀ ਪੀ ਜਾਂਦਾ ਹੁੰਦਾ ਸੀ ਲਾਲਪੁਰੀਆ, ਲਾਲਪੁਰੀਆ ਮੰਨਾ ਕਲਸੀ ਇਹਨਾਂ ਨੂੰ ਪੁੱਛਿਆ, ਅਤੇ ਹੁਣ ਬਾਲਟੀ ਕੋਈ ਪਹੁੰਚਾ ਕੇ ਵਿਖਾਵੇ ਨਹੀਂ, ਹੁਣ ਕਿੱਥੇ ਹੁੰਦਾ ਮਾਂ ਲੀਟਰ ਖੰਡ ਹੀ ਪੀਤੀ ਜਾਂਦੀ ਆ, ਸਾਡੇ ਕੋਲ ਆਪ ਕਿਤੇ ਕਿੰਨਾ ਕੁ ਲੀਟਰ ਹੀ ਪੀਤੀ ਜਾਂਦੀ, ਬਾਕੀ ਮਿਹਨਤ ਦੇ ਹਿਸਾਬ ਨਾਲ ਹੀ ਆ। ਕੱਲ ਭਲਵਾਨਾ ਫਿਰ ਮੈਂ ਤੇਰਾ ਐਕਸ਼ਨ ਮਾਰ ਕੇ ਚਲਾਈ, ਫਿਰ ਮੈਂ ਵੀ ਪਾਈ ਸਨੈਪਚੈਟ। ਅੱਛਾ ਹਾਂ, ਵੇਖੀ ਸੀ ਮੈਂ ਕੱਲੀ ਸੀ। ਵਧੀਆ ਵਧੀਆ, ਕੀ ਹਾਲ ਆ? ਵਧੀਆ ਵਧੀਆ ਵਧੀਆ, ਪਹੁੰਚ ਗਏ ਤੇਰੇ ਪਿੰਡ, ਜਹਾਜ਼ ਨੂੰ ਸੱਦ ਲਿਆ ਸੀ ਅੱਜ। ਇਹ ਕੌਣ ਆ ਭਲਵਾਨ? ਇਹ ਸੇਵਕ ਪੱਧਰੀ ਵਾਲਾ ਜਿਹਨੇ 27 ਗੋਲੀਆਂ ਪਾਈਆਂ। ਅੱਛਾ, ਤੇ 28 ਤੇ ਮੈਂ ਵੀ ਪਾਈਆਂ। ਪਰ ਇੱਕ ਗੱਲ ਜਦੋਂ ਮੈਂ, ਮੇਰੀ ਗੱਲ ਸੁਣ ਬਾਬਾ ਜੀ, ਮੇਰੀ ਤੇ ਗੱਲ ਸੁਣ ਲਓ, ਜਦੋਂ ਬੰਦੇ ਤੇ ਦੇਣ ਹੁੰਦੇ ਆ ਨਾ, ਉਦੋਂ ਜਦੋਂ ਮੈਂ, ਇਹ ਆ ਗੱਲ ਮੇਰੇ ਖਿਆਲ 15-16 ਦੀ ਆ ਸ਼ਾਇਦ। ਉਹ ਤੋਂ ਅਗਲੇ ਦਿਨ ਨਾ ਸਾਡੇ ਪਿੰਡ ਮੇਲਾ ਸੀ, ਤੇ ਇੱਥੇ ਬੈਸਟਾਂ ਨੂੰ ਏਸੀ ਰੱਖੇ ਇੱਥੇ ਕਰਿਆਲੇ ਮਾਤਾ ਦੇ ਮੰਦਰੇ, ਉਦੋਂ ਇਹ ਹੀ ਸਿਸਟਮ ਗਰਮੀ ਚ। ਹਾਂ, ਗਰਮੀ ਚ ਪਤਾ ਕੀ ਗੱਲ ਹੋ ਜਾਂਦੀ ਆ, ਜਦੋਂ ਹੁੰਦਾ ਨਾ ਸਰੀਰ ਚੱਲਦਾ, ਉਦੋਂ ਮੇਰੇ ਖਿਆਲ 20-25 ਦਾ ਮੈਚ ਸੀ, ਤੇ ਚੱਕਰ ਇਹ ਵੀ ਜਦੋਂ ਸਰੀਰ ਚੱਲਦਾ ਨਾ ਉਦੋਂ ਤਾਂ ਫਿਲਟਰ ਹੀ ਨਹੀਂ, ਜਦੋਂ ਉਦੋਂ ਮੈਂ ਪਾਉਂਦਾ ਵੀ ਰਿਹਾ ਵਾ ਆਮ 20-20 ਕਬੱਡੀ ਤਾਂ ਆਮ ਨੋਰਮਲ ਪਾਉਂਦਾ ਰਿਹਾ ਵਾ, ਤੇ ਪਰ ਮੈਨੂੰ ਐਂ ਲੱਗਦਾ ਨਾ ਜਿੱਦਾਂ ਮੈਨੂੰ ਸਾਹ ਹੀ ਨਹੀਂ ਚੜ੍ਹਦਾ, ਲੋਕਾਂ ਨੇ ਕਹਿਣਾ ਸਾਡੇ ਪੱਟ ਪੈ ਗਏ, ਤੇ ਮੈਂ ਨਾ ਵੀ ਇਹ ਕੀ ਕਹਿੰਦੇ ਆ ਇਹਨਾਂ ਦੇ, ਕਿੱਧਰ ਪੈ ਜਾਂਦੇ ਪੱਟ ਜਦੋਂ ਜਵਾਨੀ। ਜਦੋਂ ਹੁਣ ਭਲਵਾਨਾ ਵੀ ਗੱਲ ਇਹ ਆ, ਹੁਣ ਜਦੋਂ ਤੂੰ ਦੁਨੀਆ ਵਿਛਾਈ ਆ, ਮਤਲਬ ਹੁਣ ਵੀ ਕਰਦਾ ਵਾ ਗੱਲ ਤੇ ਆ, ਪਰ ਜਿਹੜੇ ਉਹ ਪੀਕ ਦੇਣ ਹੁੰਦੇ ਆ ਨਾ ਬੰਦੇ ਤੇ, ਹੁਣ ਜਦੋਂ ਪਤਾ ਵੀ ਹੁਣ ਜਿੱਦਾਂ ਮੇਰਾ ਵੀ ਇਹਨੂੰ ਪਤਾ ਵੀ ਇਹਨੇ ਬੈਸ ਨੂੰ ਜ਼ੋਰ ਮਾਰਨਾ ਮਾਰਨਾ ਐਡੀ ਛੇਤੀ ਅਗਲਾ ਕੋਈ ਰੇਡਰ ਆਮ ਰੇਡਰ ਨੀ ਮੂਵ ਕਰਦਾ ਵੀ। ਮੇਰੀ ਗੱਲ ਹੁਣ ਕਿੱਡਾ ਬੰਦਾ ਤੂੰ ਮੇਰੇ ਜਿੱਡਾ, ਤੇਰੀ 6 ਫੁੱਟ ਹਾਈਟ ਉੱਤੇ ਆ 6 ਤੋਂ ਮੇਰੇ ਜਿੱਡਾ ਤੋਂ, ਹੁਣ ਮੰਨ ਕੇ ਚੱਲ ਤੈਨੂੰ ਕੋਈ ਗਾੜੀ ਹੋ ਕੇ ਜਿਹੜਾ ਫੜੂਗਾ, ਹੁਣ ਮੇਰੀ ਉਹ ਲੀਕ ਚੱਪ ਖੇਡਦੇ ਨੇ, ਲੀਕ ਜਦੋਂ 16 ਚ ਖੇਡਦੇ ਗਾੜੀ ਹੋ ਕੇ ਫੜਿਆ ਹੋਊ ਤੇ ਮੈਂ ਫੜਿਆ ਤੈਨੂੰ, ਜਿੰਨਾ ਫੜਿਆ ਜਾਂ ਤੂੰ ਬਾਹਰ ਨਿਕਲੇਗਾ ਤੇ ਜਾਂ ਤੇਰੀ ਲੱਤ ਫੜੀ ਹੋਊਗੀ, ਲੱਤ ਫੜ ਕੇ ਮੇਰੇ ਖਿਆਲ ਲੀਕ ਦੇ ਵਿੱਚ ਨਾ ਮੇਰੇ ਤੇ ਕਿੰਨੇ ਜੱਫੇ ਆ, ਜਿਹੜੇ ਉਹ ਲੀਗ ਦੇ ਵਿੱਚ ਮੇਰੇ ਤੇ ਉਹ 10-12 13 ਜੱਫੇ, ਉਸ ਤੋਂ ਬਾਅਦ ਚ ਕੋਈ 18 ਚ ਲੀਗ ਉਹਦੇ ਵਿੱਚ ਸਾਰੇ, ਉਹ ਤੇ ਉਹ ਚ ਵੀ ਮੇਰੇ 9 ਜੱਫੇ ਆ ਸਾਰੇ। ਹੁਣ ਲੀਗ ਚ ਜਦੋਂ ਫਾਈਨਲ ਮੈਚ ਤੁਹਾਡੇ ਨਾਲ ਸੀ, ਫਾਈਨਲ ਤੁਹਾਡੇ ਨਾਲ ਸੀ ਨਾ? ਹਾਂ ਫਾਈਨਲ ਫਾਈਨਲ ਚ
ਤੇ ਉਧਰੋਂ ਕਮਲ ਦੇ ਪਤਾ ਨੀ ਕਿੰਨੇ ਹੀ ਡਬਲ ਕਮਲ ਨਵੇਂ ਪਿੰਡਿਆਂ ਕੱਢਿਆ ਹਨ ਪੰਜ ਹੀ ਉਹਦੇ ਨਵੇਂ ਪਿੰਡਿਆਂ ਕਮਲ ਨੀ ਉਹ ਦੂਜਾ ਮੁੰਡਾ ਮੁੰਡਾ ਕਮਲ ਹੀ ਨਵੇਂ ਪਿੰਡ ਜੂੜੀ ਵਾਲਾ ਜੂੜੀ ਵਾਲਾ ਉਹ ਖੇਡਿਆ ਉਦੋਂ ਲਾਈਵ ਵੀ ਨੀ ਚੱਲਿਆ ਉਹ ਚੰਗੀ ਤਰ੍ਹਾਂ ਸਵਾਨ ਨਾਲ ਨੀ ਚੱਲਿਆ ਰੁਕ ਰੁਕ ਉਹ ਪਤਾ ਨੀ ਕੀ ਉਹਨਾਂ ਨੇ ਕਰਤਾ ਉਹ ਚੱਲਿਆ ਹੀ ਨੀ ਲਾਈਵ ਮੰਗੀ ਮੈਨੂੰ ਆ ਕੇ ਕਹਿੰਦਾ ਭਲਵਾਨਾ ਕਾਇਮ ਹੋ ਜਾ ਅੱਜ ਫਾਈਨਲ ਚ ਉਹ ਲੀਗ ਦੇ ਵਿੱਚ ਵੀ ਬਾਬਾ 18 ਜਿਹੜੀ ਹੋਈ ਮੁੜ ਕੇ 18 ਚ ਉਹਦੇ ਵਿੱਚ ਮੈਰੀਆਂ 24 ਕਬੱਡੀਆਂ ਰਹੀਆਂ ਮਤਲਬ ਇੱਕ ਜੱਫਾ ਵੀ ਨੀ ਉਦੋਂ ਹਰਿਆਣੇ ਦੀ ਟੀਮ ਸਾਰਿਆਂ ਨੂੰ ਮਤਲਬ ਕਿ ਪੂਰੀ ਡਾਂਗ ਫੇਰ ਦਿੰਦੀ ਤੇ ਹਰਿਆਣੇ ਕੋਲ ਮੈਂ ਸਿੰਗਲ ਜੱਫਾ ਨੀ ਖਾਧਾ ਮਤਲਬ ਕਿ ਦਿਨਾਂ ਦੀ ਗੱਲ ਹੁੰਦੀ ਆ ਤੇ ਹੁਣ ਜਦੋਂ ਬਾਬਾ ਤੂੰ ਸੈੱਟ ਕੀ ਚੱਕਰਿਆ ਉਦੋਂ ਆਪਾਂ ਨੂੰ ਸ਼ੰਕਰਾ ਕਿਹੜੀ ਗੱਲ ਦੀ ਭੁੱਲ ਆਪਾਂ ਸੈੱਟ ਕਿਉਂ ਨੀ ਆ ਕੀ ਨੀ ਸੈੱਟ ਨਹੀਂ ਗੱਲ ਇੱਕ ਪੀਕ ਟਾਈਮ ਹੀ ਹੁੰਦਾ ਨਹੀਂ ਨਹੀਂ ਗੱਲ ਸੁਣ ਤੈਨੂੰ ਸਮਝਦਾ ਕਿ ਨਹੀਂ ਮੈਂ ਸਮਝਦਾ ਸਾਰੀ ਗੱਲ ਪੀਕ ਟਾਈਮ ਹੁੰਦਾ ਬੰਦੇ ਦੇ ਸਾਰਾ ਕੁਝ ਹੁੰਦਾ ਇੱਕ ਅੱਜ ਕੱਲ ਦੀ ਆਪਾਂ ਕੌਡੀ ਵੇਹਨੇ ਆ ਜਿਹੜੀ ਕਾਦੀ ਹਾਂ ਇੱਕ ਜਦੋਂ ਬੰਦਾ ਪੂਰੀਆਂ ਉਹਦੀਆਂ ਲੀਆਂ ਤੇ ਹੁੰਦਾ ਨਾ ਬੰਦਾ ਉਦੋਂ ਬੰਦੇ ਨੂੰ ਨਾ ਸੈਕੋ ਪਾਣ ਹੁੰਦਾ ਬੰਦਾ ਡਰਦਾ ਨੀ ਆ ਜਦੋਂ ਜਦੋਂ ਜਵਾਨੀ ਏਜ ਚ ਹੁੰਦਾ ਬੰਦਾ ਕਹਿੰਦਾ ਮੈਂ ਰੱਬ ਵੀ ਫੁੱਲ ਵੱਲ ਹੁੰਦਾ ਸਾਰਾ ਸਾਰਾ ਕੁਝ ਨਾ ਭੁੱਲ ਜਾਂਦਾ ਪਹਿਲੋਂ ਬੰਦਾ ਬੰਦਾ ਇਕੱਲਾ ਗੇਮ ਤੇ ਫੋਕਸ ਰੱਖਦਾ ਉਹਦੀ ਤੇ ਵੀ ਮੇਰੀ ਗੇਮ ਹੈ ਜਦੋਂ ਬੰਦਾ ਸਾਰਾ ਕੁਝ ਕਰ ਲੈਂਦਾ ਨਾ ਉਹ ਤੋਂ ਬਾਅਦ ਚ ਬੰਦਾ ਕਿੱਦਾਂ ਠੀਕ ਉਹ ਤੋਂ ਬਾਅਦ ਚ ਬੰਦਾ ਆ ਜਾਂਦਾ ਵਾ ਕਿ ਬੰਦਾ ਕਹਿੰਦਾ ਕਿ ਮੈਂ ਸਾਰਾ ਕੁਝ ਕਰ ਲਿਆ ਫਿਰ ਫੈਮਿਲੀ ਬਾਰੇ ਸੋਚਦਾ ਬੰਦਾ ਥੋੜਾ ਪਰਿਵਾਰ ਬਾਰੇ ਸੋਚਦਾ ਇਹ ਇਦਾਂ ਦੀਆਂ ਗੱਲਾਂ ਹੋ ਕੇ ਬੰਦਾ ਥੋੜਾ ਜਿਹਾ ਫਿਰ ਉਹ ਚੀਜ਼ ਤੋਂ ਹਟ ਜਾਂਦਾ ਕਈ ਬੰਦੇ ਹੁੰਦੇ ਆ ਭਲਾ ਸਭ ਤੋਂ ਜ਼ਰੂਰੀ ਮੈਂ ਕਹਿੰਦਾ ਕਿ ਸਕੂਨ ਆਪਾਂ ਨੂੰ ਕਿੱਥੇ ਮਿਲਦਾ ਜਦੋਂ ਸਕੂਨ ਮਿਲ ਗਿਆ ਨਾ ਤੇ ਫਿਰ ਮੈਂ ਕਹਿੰਦਾ ਵੀ ਸਭ ਤੋਂ ਵਧੀਆ ਚੀਜ਼ ਹੈ ਸਕੂਨ ਤੂੰ ਵੀ ਮੇਰੀ ਅੱਜ ਦੀ ਗੱਲ ਯਾਦ ਰੱਖੀ ਸਾਲਿਆ ਇੱਕ ਹੋਰ ਜਾਂ ਦੋ ਸਕੂਨ ਆਏ ਸਕੂਨ ਮੈਂ ਤੈਨੂੰ ਦੱਸਾਂ ਵੀ ਸਕੂਨ ਹੈਰ ਕੇ ਨਾ ਬੈਸਟ ਆਫ ਬੂਸਟਾਂ ਵਾਰੀ ਥੋੜੇ ਮੇਲੇ ਜੇ ਆਏ ਤੇ ਜਦੋਂ ਮੈਂ ਬਾਹਰੋਂ ਵੀ ਆਇਆ ਨਾ ਤੇ ਇੱਕ ਦੋ ਮੈਚ ਨਾ ਡਾਇਰੈਕਟਰ ਵੀ ਤੇ ਜਨਤਾ ਮੈਨੂੰ ਕਹਿੰਦੀ ਵੀ ਸਾਨੂੰ ਜ਼ੋਰ ਮਾਰ ਲੈਂਦੇ ਵੀ ਤੂੰ ਬੜੀ ਵਾਰੀ ਬੈਸਟ ਬੂਸਟ ਨਿਕਲਦਾ ਰਿਹਾ ਇੱਦਾਂ ਉੱਦਾਂ ਤੇ ਮੈਂ ਵੀ ਚਲੋ ਜਿੱਦਾਂ ਥੋੜ੍ਹਾ ਸਕੂਨ ਜਿਹਾ ਨਹੀਂ ਹੁੰਦਾ ਵੀ ਹਾਂ ਬੜਾ ਨਿਕਲਦੇ ਰਹੇ ਬੈਸਟ ਇੱਦਾਂ ਤੇ ਉਹਨਾਂ ਨੂੰ ਜ਼ੋਰ ਮਾਰ ਦੇਣਾ ਤੇ ਮੁੜ ਕੇ ਹੁਣ ਸਕੂਨ ਤਾਂ ਚੱਲ ਹੈਗਾ ਵਾ ਪਰ ਜਦੋਂ ਘਰਦੇ ਆ ਨਾ ਮੁੜ ਕੇ ਘਰਦੇ ਕਹਿੰਦੇ ਵੀ ਤੂੰ ਹੁਣ ਘੱਟ ਗਿਆ ਕਬੱਡੀਆਂ ਪਾਉਣਾ ਜੇ ਕਿੱਦਾਂ ਵੀ ਹੁਣ ਉਹਨਾਂ ਨੂੰ ਥੋੜ੍ਹੀ ਪਤਾ ਵੀ ਅਗਲੇ ਕਹਿੰਦੇ ਆ ਜਾਂ ਕਿੱਦਾਂ ਤੇ ਪਰ ਆਹ ਚੱਕਰ ਹੈ ਸਕੂਨ ਤਾਂ ਹੈਗਾ ਹੀ ਹੈਗਾ ਵਾ ਇੱਕ ਸੰਤੁਸ਼ਟੀ ਬੰਦੇ ਨੂੰ ਚਲੋ ਉਹ ਹੁੰਦੀ ਵੀ ਸੈੱਟ ਆ ਕੰਮ ਜਿੱਦਾਂ ਮੰਗੀਆਂ ਉਹ ਕਹਿੰਦਾ ਵੀ ਜਿੰਨਾ ਮਰਜ਼ੀ ਲੋਕ ਇਕੱਠਾ ਕਰਨ ਨੂੰ ਕਰ ਸਕਦੇ ਆ ਪਰ ਆਉਂਦਾ ਵੀ ਇੱਕ ਚਲੋ ਵੀ ਹਾਂ ਵੀ ਸੈਟੀਸਫਾਈ ਆ ਵੀ ਹਾਂ ਬੜਾ ਕੁਝ ਨਹੀਂ ਮੈਂ ਤੇ ਭਾਉ ਪੱਲਾ ਕੀ ਚੱਕਰ ਮਹਾਰਾਜ ਗੋਪੀ ਜੀ ਕੀ ਹਾਲ ਚਾਲ ਹੈ ਕੀ ਹਾਲ ਚਾਲ ਹੈ ਭਾਜੀ ਮੈਂ ਅੱਗੇ ਸੋਚਣ ਲੱਗਾ ਵੀ ਗੋਪੀ ਪੱਕਾ ਆਊਗਾ ਹਾਂਜੀ ਹਾਂ ਆ ਜਾ ਇੱਥੇ ਆ ਜਾ ਪਿੱਛੇ ਆ ਉਹਨਾਂ ਪੱਲਾ ਕੀ ਚੱਕਰ ਹੈ ਜੇ ਆਪਾਂ ਜ਼ਿੰਦਗੀ 'ਚ ਕਰੀ ਜਾਵਾਂਗੇ ਕਿ ਹੋਰ ਮਿਲ ਜੇ ਆ ਵੀ ਮਿਲ ਜੇ ਉਹ ਵੀ ਮਿਲ ਜੇ ਫਿਰ ਨਹੀਂ ਫਿਰ ਤੈਨੂੰ ਪਤਾ ਹੀ ਆ ਦੁਨੀਆਦਾਰੀ ਦਾ ਕਿੱਦਾਂ ਲੱਤ ਕਿੱਦਾਂ ਹੋਣਾ ਵਧੀਆ ਵਧੀਆ ਠੀਕ ਹੈ ਭਾਜੀ ਹੁਣ ਲੱਗਦੀ ਰਨਿੰਗ ਨਹੀਂ ਰਨਿੰਗ ਨਹੀਂ ਤੁਰਦਾ ਮਨ ਪੂਰਾ ਪੱਟ ਦਾ ਛੇਤੀ ਨਹੀਂ ਜੋੜ ਪੈਂਦਾ ਆਪਣੇ ਨਾਲ ਆ ਗਿਆ ਬਸ ਲੋ ਜੀ ਰਾਜਾ ਚੋਲਾ ਜੀ ਆ ਗਏ ਮੈਂ ਨਾ ਭਲਵਾਨਾ ਬਾਹਰ ਗਿਆ ਸੀ ਨਾ ਤੇਰੇ ਨਾਲ
ਮੈਂ ਕਰਦਾ ਪਹਿਲੋਂ ਗੱਲ। ਹਾਂ ਚੱਲ ਦੂਗਾ। ਰਾਜੇ ਨੂੰ ਰਾਜਾ ਪਹਿਲੋਂ ਤੁਹਾਡੀ ਟੀਮ ਚ ਹੁੰਦਾ ਸੀ ਗੋਪੀ, ਇਹਨੇ ਮੇਰੇ ਹਿਸਾਬ ਨਾਲ 3-4 ਸਾਲ ਹੀ ਹੋ ਗਏ ਨੇ ਮੈਨੂੰ ਕਹਿੰਦੇ ਨੂੰ ਭਲਵਾਨ ਜੀ ਬਲੋਗ। ਮੈਂ ਸੰਗਦਾ, ਮੈਂ ਪਤਾ ਨੀ ਕਿੱਦਾਂ ਦਾ ਨਾ ਕੀ ਸਿਸਟਮ ਹੁੰਦਾ ਕਿਤੇ ਹੁਣ। ਤੇ ਇਹਨੇ ਮੁੜ ਕੇ ਬਾਰੇ ਹਾਰ ਕੇ ਮੈਨੂੰ ਕਹਿੰਦਾ ਏਦਾਂ ਕਰਿਆ ਕਰ, ਬਾਕੀ ਵਧੀਆ ਯਾਰ ਗੱਲਾਂ, ਖਾਲਸਾ ਕਾਲਜ ਵਧੀਆ ਗੱਲਾਂ ਬਾਤਾਂ, ਲੋਕਾਂ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਦਾ ਨਹੀਂ। ਗੱਲਾਂ ਬਾਤਾਂ ਕਰੀ ਦੀਆਂ ਨਾਲੇ, ਲੋਕੀ ਬੈਠੇ ਹੁਣ ਦਿਨ ਬੜੇ ਲੰਮੇ ਆ, ਲੋਕੀ ਹੁਣ ਸੁਣ ਸੁਣ ਲਿਆ ਕਰਨੀਆਂ ਸਾਰੀਆਂ ਗੱਲਾਂ ਬਾਤਾਂ। ਨਹੀਂ ਤੇ ਟੈਟੂ ਦਾ ਭਲਵਾਨ ਪਤਾ ਕੀ ਆਉਂਦਾ, ਮੈਂ ਭਲਵਾਨਾ ਵੀ ਪਰੇ ਉੜਾ ਐੜਾ ਵੀ ਸਾਰਾ ਗੁਰਮੁਖੀ ਸਾਹਿਬ ਹੈ ਨਾ ਵੀ ਸਾਰਾ ਲਿਖਾ ਲਿਆ ਵਾ ਉਰੇ, ਵੀ ਇੱਥੇ ਵੀ ਇਹਨੇ ਫਰੰਦੀਪੁਰੀਆ ਲਿਖਾਇਆ। ਮੈਂ ਵੀ ਇੰਨਾ ਕੁਛ ਭਰੀ ਜਾਂਦਾ ਵਾ ਵੀ ਚਲੋ ਡੋਲੇ ਤਾਂ ਮੈਂ ਵੀ ਖੰਡਾ ਬਣਾਇਆ ਸੀ, ਤੇ ਮੈਂ ਵੀ ਇੰਨਾ ਕੁਛ ਭਰੀ ਜਾਂਦਾ ਰਹਿੰਦਾ, ਤੇ ਮੈਂ ਵੀ ਆਹ ਕੀ ਚੱਕਰ ਸਾਰੀ ਬੋਡੀ ਭਰ ਦੇਣੀ ਤੂੰ। ਤੇ ਫਿਰ ਇਹਨੇ ਮੈਨੂੰ ਕਹਿੰਦਾ ਵੀ ਚਲੋ, ਕਈ ਵਾਰੀ ਤਾਂ ਕਿਸੇ ਬੰਦੇ ਹਰੇਕ ਬੰਦੇ ਦੀ ਸੋਚ ਵੱਖੋ ਵੱਖ ਹੁੰਦੀ, ਮੈਂ ਵੀ ਐਵੇਂ ਭਰੀ ਜਾਂਦਾ ਬਾਡੀ। ਕਹਿੰਦਾ ਵੀ ਗੱਲ ਸੁਣ ਲਾ ਸ਼ੰਕਰ, ਆਂਦਾ ਜਿੱਦਾਂ ਗਏ ਮਰ, ਆਂਦਾ ਘਰਦਿਆਂ ਨੇ ਚੁੱਕ ਕੇ ਨਾ ਫੂਕਣਾ, ਆਂਦਾ ਸਭ ਕੁਛ ਸੜ ਜਾਣਾ, ਕੁਛ ਨਹੀਂ ਰਹਿਣਾ। ਤੇ ਮੇਰਾ ਮਤਲਬ ਕਿ ਆਹ ਟੈਟੂ ਬਣਾਉਣ ਦਾ ਕੋਈ ਨਹੀਂ, ਇਹ ਵੀ ਜਿੱਦਾਂ ਨਾ ਫਿਰ ਉੱਥੇ ਜਾ ਕੇ ਸਿਲੈਕਟ ਕੀਤਾ, ਇਹਦੇ ਵਿੱਚ ਜਿੱਦਾਂ ਸਿੰਘ ਆ ਆਪਣੇ, ਥੋੜ੍ਹਾ ਮਤਲਬ ਖਾਲਸੇ ਦਾ ਵਾ ਇਹ ਵੀ ਸਿਸਟਮ, ਵੀ ਸ਼ੇਰ ਆ ਦਾ ਘੋੜੇ ਦੇ ਉੱਤੇ ਖਾਲਸੇ ਅੱਗੇ ਬਣਾਇਆ, ਮੈਂ ਤਾਂ ਕਹਿੰਦਾ ਪਿੱਛੇ ਵੇਖਿਆ ਨਹੀਂ ਨਹੀਂ ਇੱਥੇ ਹੀ ਆ। ਤੇ ਉਹ ਚੱਕਰ ਚ ਫਿਰ ਮੈਂ ਵੀ ਇੱਦਾਂ ਬੈਠਾ ਬੈਠਾ, ਮੈਂ ਵੀ ਆਹ ਦਿਨ ਹੈਗੇ ਆਪਣੇ ਕੋਲ 10 ਕੇਰ ਨਾ ਪਹਿਲਾਂ ਕਿ ਚੱਕਰ ਕੇਰ। ਆਪਾਂ ਸੋਚਦੇ ਆ ਕਿ ਹੁਣ ਮੈਂ ਆਪਾਂ ਨਾ ਪੁਰਾਣੀਆਂ ਗੱਲਾਂ ਵੇਖੀਏ ਜਿੱਦਾਂ ਮਰਜ਼ੀ, ਕੋਈ ਆਪਾਂ ਹੀਰੋ ਲਾ ਲਈਏ, ਦੂਜਾ ਤੀਜਾ ਲਾ ਲਈਏ, ਹੁਣ ਉਹ ਕਦੀ ਵੇਖੀ ਕਦੀ ਆਪਣੇ ਨੂੰ ਨਹੀਂ ਮੰਨਦੇ ਕਿ ਏਜ ਹੋ ਗਈ ਹੈ ਜਾਂ ਸਿਸਟਮ ਏਦਾਂ ਦਾ ਹੋ ਗਿਆ, ਉਹ ਜਿਹੜੀ ਚੀਜ਼ ਕਰਨੀ ਉਹਨਾਂ ਕਰ ਦੇਣੀ। ਤੇ ਜ਼ਿੰਦਗੀ ਦੇ ਵਿੱਚ ਜੋ ਕਰਨਾ ਵਾ ਕਰ ਦੋ, ਤੇ ਹੁਣ ਹੋਈ ਹੈ ਰੈਡੀ ਆਪਾਂ ਤੇ ਚਲੋ ਠੀਕ ਹੈ, ਕਰਾਂਗੇ ਕੁੱਟ ਨਾ ਖਾਈਏ ਹੁਣ ਅੱਜ ਪਿੰਡ ਆਪਾਂ ਪੱਤਰੀ ਆਏ ਆਓ ਓਕੇ ਤਾਂ ਹੋ ਜੀਏ ਰੈਡੀ ਫੈਡੀ ਓਕੇ ਬਾਏ ਲਵ ਯੂ ਸਾਰਿਆਂ ਨੂੰ।